की जान इको का सतप्रसाद नान पाया मेरी माई सतगुरु में पाया सतगुरु का पाया से चंगे आईया बुरे आईया वाचे धर्म हरु करनी आपो आपनी के नेड़े के दूर जिन्नी नाम ते आया दैव सबत तार नानक देव उपजले के तीशती ना नानक दे मुख जले इतनी छुट्टी गुरु सतनाम श्री वाहे गुरु एक ओंकार श्री वाहेगुरु जी की फतेह भगवती जी सहाय बाप श्री भगवती जी की पातशाह दसवीं प्रथमा भगवती सिमर का गुरु नानक गई ध्याए फिर अंगद गोते अमरदास रामदास मुनि सहारे आए तेग बहादुर सह सिमरिया करुणा दयावे धाए सब थाई मुनि सहाए दसवें पातशाह श्री गुरु गोबिंद सिंह सब थाई हुए सहारे सब थाई हुए सहारे दसा पाठ ज्योत गति ते विराजमान धन धन श्री गुरु ग्रंथ साहिब जी ने पाठ की दाता ध्यान करके बोलो जी आइया संगतां नूं हुक्म नामियां दी दात बख्श के निहाल करो हुक्म नामियां ते चलण दी समर्था बख्शनी जो जी आप जी दे दर आवै सुख होवै नाम चेते आवै पढ़दे सुनदे सरबत राहे बंद होण गुरु नानक नाम चढ़दी कला तेरे भाणे सरबत का वाहिगुरु जी का खालसा वाहिगुरु जी की फतेह ਸਾਂਝਾ ਕਰਦਾ ਹੋਇਆ
ਸ਼ਰਧਾ ਦੇ ਫਲ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਜ ਵੱਲੋਂ ਜ਼ਰੂਰ ਇੰਨਾ ਬੇਨਤੀ ਕਰਦਾ ਕਿ ਆਪਾਂ ਪਰਿਵਾਰ ਦੇ ਨਾਲ ਖੜ੍ਹੇ ਹਾਂ ਔਰ ਆਪਾਂ ਸਾਰਿਆਂ ਨੇ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਇਹਨਾਂ ਨਾਲ ਦੁੱਖ ਵਡਾਉਣ ਲਈ ਪਰਿਵਾਰ ਦਾ ਕਾਕਾ ਗੁਰਪ੍ਰੀਤ, ਉਹਦੇ ਪਿਤਾ ਜੀ, ਦਾਦਾ ਜੀ, ਸਾਰੇ ਸਮਾਜ ਦੇ ਨਾਲ ਆਪਾਂ ਜੁੜ ਕੇ ਆਪਾਂ ਇਹ ਦੁੱਖ ਵਡਾਉਣਾ ਆ ਔਰ ਵਡਾਉਂਦੇ ਰਹਿਣਾ। ਇਸ ਚੀਜ਼ ਦੇ ਉੱਤੇ ਆਪਾਂ ਵਚਨ ਬਣ ਚਾਹੀਦੇ। ਵਾਹਿਗੁਰੂ ਦਾ ਖਾਲਸਾ, ਵਾਹਿਗੁਰੂ। ਸਾਰੀ ਸੰਗਤ ਨਾਲ ਸਾਂਝਾ ਕੀਤਾ ਕਿ ਕਾਲਸ ਦਾ ਜਿੱਥੇ ਗੁਰਬਾਣੀ ਤੋਂ ਆਪਾਂ ਨੂੰ ਮਿਲਦੀ ਹੈ, ਜਿੱਥੇ ਸਾਖ ਸੇ ਨਾ ਹੀ ਚਾਰਾ ਤਾਂ ਕੋ ਕੀਜੇ ਸਭ ਨਮਸਕਾਰ। ਇੱਥੇ ਆ ਕੇ ਆਪਾਂ ਹਾਰ ਜਾਂਦੇ ਹਾਂ, ਲੇਕਿਨ ਇਹੀ ਕਹਿ ਸਕਦੇ ਹਾਂ ਕਿ ਏਦਾਂ ਦਾ ਵਿਕਾਰ ਕਦੇ ਵੀ ਕਿਸੇ ਪਰਿਵਾਰ ਨਾਲ ਨਹੀਂ ਹੋਣਾ ਚਾਹੀਦਾ, ਨਾ ਹੀ ਪਰਮਾਤਮਾ ਏਦਾਂ ਦਾ ਸਮਾਂ ਲੈ ਕੇ ਆਵੇ। ਦੁਨੀਆਂ ਦੇ ਇਤਿਹਾਸ ਵਿੱਚ ਬੜੇ ਏਦਾਂ ਦੇ ਆਪਾਂ ਨੂੰ ਮੌਕੇ ਦੇਖਣ ਨੂੰ ਮਿਲਦੇ ਨੇ। ਕਈ ਜਗ੍ਹਾ ਵਰਣਨ ਹੈ, ਸਿਕੰਦਰ ਬਾਦਸ਼ਾਹ ਦੀ ਗੱਲ ਅਕਸਰ ਕੀਤੀ ਜਾਂਦੀ ਹੈ ਅਲੈਗਜ਼ੈਂਡਰ ਦੇ ਅੱਗੇ। ਜਦੋਂ ਅਸੀਂ ਹਿਸਟਰੀ ਪੜ੍ਹਦੇ ਸੀਗੇ ਛੋਟੇ ਸੀ, ਕਾਕਾ ਗੁਰਪ੍ਰੀਤ ਸਿੰਘ ਜੀ ਵਰਗੇ, ਤੇ ਸਾਨੂੰ ਬੜਾ ਚੰਗਾ ਲੱਗਦਾ ਸੀ ਇਤਿਹਾਸ ਉਹਦਾ। ਜਦੋਂ ਅਖੀਰ ਦਾ ਸਮਾਂ ਆਇਆ ਅਲੈਗਜ਼ੈਂਡਰ ਦੇ ਗ੍ਰੇਟ ਦਾ, ਸਾਰੀ ਦੁਨੀਆਂ ਉਹਨੇ ਫਤਿਹ ਕਰ ਲਈ, ਸਾਰੀ ਉਹਨੇ ਜ਼ਮੀਨ ਸਰ ਕਰ ਲਈ, ਲੇਕਿਨ ਉਮਰ ਛੋਟੀ ਸੀ ਉਹਦੀ। ਨੀ ਮਕੀਮ ਵੈਦ ਆਏ ਵੱਡੇ ਵੱਡੇ ਦੁਨੀਆਂ ਦੇ, ਤੇ ਲੇਕਿਨ ਉਹਦੀ ਆਯੂ ਵਿੱਚ ਵਾਧਾ ਨਹੀਂ ਕਰ ਸਕੇ। ਸਰਬੱਤ ਦਾ ਭਲਾ ਮੰਗਣ ਵਾਲਾ ਸਰਬੱਤ ਦੇ ਵਿੱਚ ਆਪਾਂ ਵੀ ਆਉਂਦੇ ਹਾਂ। ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਾਨੂੰ ਦੱਸਦੇ ਹੈ, ਮਰਨ ਲਿਖਾਏ ਮੰਡਣ ਮੈਂ ਆਏ, ਕਹਿੰਦੇ ਆ ਤੈਨੂੰ ਸਰੇਟੀ ਦੇ ਉੱਤੇ ਭੇਜਦੇ ਹਾਂ, ਪਹਿਲੋਂ ਇਹ ਕਬੂਲ ਕਰਕੇ ਤੈਨੂੰ ਮਰਨਾ ਕਬੂਲ ਹੈ, ਤੂੰ ਫਿਰ ਆਵੇਂਗਾ ਜਦੋਂ ਅਸੀਂ ਸੱਦਾ ਭੇਜਿਆ। ਉਦੋਂ ਪ੍ਰਾਣੀ ਇਹ ਜੀਵ ਆਤਮਾ ਹੱਥ ਜੋੜ ਕੇ ਸਤਿਗੁਰੂ ਪਾਤਸ਼ਾਹ ਅਕਾਲ ਪੁਰਖ ਅੱਗੇ ਖੜ੍ਹ ਜਾਂਦੀ ਹੈ ਕਿ ਪਾਤਸ਼ਾਹ ਜੇ ਮੈਂ ਆਪ ਜੀ ਦਾ ਭੇਜਿਆ ਹੋਇਆ ਸ੍ਰਿਸ਼ਟੀ 'ਤੇ ਜਾਣਾ ਹੈ, ਤਾਂ ਪਾਤਸ਼ਾਹ ਭਲਾ ਕਿਉਂ ਨਾ ਆਊਂਗਾ, ਜਦੋਂ ਆਪ ਜੀ ਦਾ ਸੱਦਾ ਮੈਨੂੰ ਮਿਲੇਗਾ ਮੈਂ ਉਦੋਂ ਹੀ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਹੋ ਜਾਊਂਗਾ। ਸਤਿਗੁਰੂ ਪਾਤਸ਼ਾਹ ਜੀ ਸੱਦਦੇ ਕਦੋਂ ਹੈ, ਜਦੋਂ ਆਪਣੇ ਤੋਂ ਜੀਵ ਦੀ ਜ਼ਿਆਦੀ ਲੋੜ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਹੁੰਦੀ ਹੈ, ਉਹਨੇ ਡਿਊਟੀ ਹੋਰ ਕਿਤੇ ਲਾਉਣੀ ਹੁੰਦੀ ਹੈ, ਅਤੇ ਉਦੋਂ ਇੱਥੋਂ ਸੱਦਾ ਸਤਿਗੁਰੂ ਪਾਤਸ਼ਾਹ ਭੇਜ ਕੇ ਮੰਗਵਾ ਲੈਂਦੇ ਆ ਜੀਵ ਆਤਮਾ ਨੂੰ। ਕਿਉਂਕਿ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਨਿਯਮ ਹੈ, ਸਤਿਗੁਰੂ ਪਾਤਸ਼ਾਹ ਜੀ ਦਾ ਇਹ ਨਿਯਮ ਬਣਾਇਆ ਹੈ ਕਿ ਜੋ ਵੀ ਬਣਿਆ ਹੈ ਉਹਨੇ ਇੱਕ ਦਿਨ ਇੱਥੋਂ ਜਾਣਾ ਹੈ, ਉਹਨੇ ਭੱਜਣਾ ਹੈ। ਬਾਬਾ ਫਰੀਦ ਜੀ ਕਿਰਪਾ ਕਰਕੇ ਸਾਨੂੰ ਦੱਸਦੇ ਹੈ, ਮਾਲਕਾਲ ਮੌਤ ਜਾਂ ਆਪਸੇ ਸਭ ਦਰਵਾਜ਼ੇ ਭੰਨ, ਤਿੰਨਾਂ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ, ਦੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ। ਬਾਬਾ ਫਰੀਦ ਜੀ ਇੱਕ ਜੀਵ ਆਤਮਾ ਜਦੋਂ ਕਾਲ ਪੁਰਖ ਪਰਮੇਸ਼ਰ ਦਾ ਸੱਦਾ ਆਉਣ 'ਤੇ ਉਹਦੀ ਜਾਨ ਕੱਢਣ ਲੱਗੇ ਅਤੇ ਉੱਥੇ ਮੌਜੂਦ ਸਨ, ਉਹਨਾਂ ਕੀ ਦੇਖਿਆ ਹੈ ਕਿ ਇਹ ਜੀਵ ਆਤਮਾ ਇਸ ਸਰੀਰ ਦੇ ਵਿੱਚੋਂ ਜਦੋਂ ਜਾਨ ਨੂੰ ਕੱਢਦੇ ਹੈ
ਜਾਵਾਂ ਤਕਲੀਫਾਂ ਦੇਖ ਕੇ ਤਕਲੀਫਾਂ ਦੇ ਕੇ ਹੱਡੀਆਂ ਭੰਨ ਭੰਨ ਕੇ ਜਾਨ ਨੂੰ ਵਿੱਚੋਂ ਕੱਢ ਲੈਂਦੇ ਹੈ, ਕੱਢ ਕੇ ਉਹ ਜਮ ਅੱਗੇ ਲਾ ਕੇ ਤੋਰ ਲੈਂਦੇ ਹੈ। ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਦੱਸਦੇ ਕਿ ਜਮ ਉਹਨਾਂ ਨੂੰ ਫੜਦਾ ਹੈ ਜਿਹੜੇ ਸੰਗਤ ਨਹੀਂ ਕਰਦੇ, ਗੁਰੂ ਧਾਵਾ ਕਰਕੇ ਭੱਜਿਆ ਫਿਰਦਾ ਰਿਹਾ ਅਤੇ ਕ੍ਰਿਸ਼ਨਾ ਦੇ ਵਿੱਚ ਹੀ ਫਸਿਆ ਰਿਹਾ, ਅਤੇ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਕੇ ਸਮਝਾਉਣਾ ਕਰਦੇ ਹੈ ਕਿ ਧਾਵਾ ਬੋਲ ਕੇ ਕਈਆਂ ਕੰਮਾਂ ਕਾਜਾਂ ਨੂੰ ਤੂੰ ਕਰਦਾ ਰਿਹਾ ਅਤੇ ਕ੍ਰਿਸ਼ਨਾ ਵਿੱਚ ਹੀ ਸਾਰੀ ਉਮਰ ਸਵਾਸਾਂ ਦੀ ਪੂੰਜੀ ਨੂੰ ਗਵਾ ਰਿਹਾ। ਰਾਮ ਦੇ ਨਾਮ ਨੂੰ ਕਦੀ ਹਿਰਦੇ ਵਿੱਚ ਵਸਾਇਆ ਨਹੀਂ, ਮਾਨਸ ਦੇ ਹੀ ਤਾਂ ਪ੍ਰਾਪਤ ਹੋਈ ਹੀ ਸਤਿਗੁਰੂ ਪਾਤਸ਼ਾਹ ਜੀ ਦਾ ਨਾਮ ਜਪਣ ਵਾਸਤੇ, ਵਾਹਿਗੁਰੂ ਦੇ ਨਾਲ ਜੁੜਨ ਵਾਸਤੇ। ਇਹਦਾ ਕਲਿਆਣ ਕਰਨਾ ਸੀ ਪਰਮੇਸ਼ਰ ਦੇ ਨਾਲ ਜੁੜ ਕੇ, ਇਹਨੂੰ ਪਵਿੱਤਰ ਕਰਨਾ ਸੀ ਵਾਹਿਗੁਰੂ ਦੇ ਨਾਲ ਜੁੜ ਕੇ, ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਿਹੜੇ ਜੁੜ ਗਏ ਉਹ ਤਾਂ ਪਰਮ ਗਤੀ ਨੂੰ ਪ੍ਰਾਪਤ ਹੋ ਗਏ, ਉਹਨਾਂ ਦਾ ਜਨਮ ਮਰਨ ਵਾਲਾ ਗੇੜ ਛੁੱਟ ਗਿਆ, ਉਹ ਮੁੜ ਕੇ ਨਾ ਜਨਮੇ ਅਤੇ ਨਾ ਮਰੇ, ਆਵਾਗਾਉਣ ਵਾਲੇ ਚੱਕਰ ਤੋਂ ਬਚ ਗਏ। ਪਰ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਵਿੱਚ ਨਹੀਂ ਹਿਰਦੇ ਵਿੱਚ ਨਹੀਂ ਧਾਰਿਆ, ਚੇਤੇ ਨਹੀਂ ਕੀਤਾ, ਉਹ ਐਵੇਂ ਹੀ ਗਵਾ ਗਏ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਤੂਫਾਨ ਦੇ ਵਿੱਚ ਹੀ ਗਵਾ ਗਏ ਸਾਰਾ ਕੁਛ, ਭਾਂਤ ਭਾਂਤ ਦੇ ਰਸਾਂ ਦੇ ਵਿੱਚ ਮਤਿਆ ਫਿਰਦਾ ਰਿਹਾ, ਭਾਂਤ ਭਾਂਤ ਰਸ ਤੂੰ ਛੱਡਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਦਾ ਸਿਮਰ ਨਾ ਹਿਰਦੇ ਵਿੱਚ ਵਸਾਉਣਾ ਸੀ ਉਹ ਤਾਂ ਵਸਾਇਆ ਨਾ, ਹੋਰ ਭਾਂਤ ਭਾਂਤ ਦੇ ਸਵਾਦਾਂ ਵਿੱਚ ਤੂੰ ਇਹਨੂੰ ਐਵੇਂ ਹੀ ਗਵਾ ਲਿਆ, ਮਤਾ ਫਿਰਦਾ ਰਿਹਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੰਤ ਬੜੇ ਹੀ ਜਨਮ ਅੱਗੇ ਤੂੰ ਫਿਰ ਫਿਰ ਕੇ ਆਇਓ ਹੈ, ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਹੁਣ ਮਾਨਸ ਦੇ ਹੀ ਤਾਂ ਮਿਲੀ ਸੀ ਇਹਨਾਂ ਜਨਮਾਂ ਵਾਲੇ ਚੱਕਰ ਤੋਂ ਬਚਣ ਵਾਸਤੇ, ਇਹਨਾਂ ਚੱਕਰਾਂ ਤੋਂ ਆਵਾਗਾਉਣ ਤੋਂ ਨਿਕਲਣ ਵਾਸਤੇ, ਪਰ ਜਿਹੜੇ ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਦਕਾ ਗੁਰੂ ਸ਼ਬਦ ਦੇ ਨਾਲ ਜੁੜ ਕੇ ਵਾਹਿਗੁਰੂ ਦਾ ਸਿਮਰਨ ਕਰਕੇ ਪ੍ਰਾਪਤ ਕਰ ਗਏ ਹਨ, ਉਹਨਾਂ ਤਾਂ ਇਸ ਆਵਾਗਾਉਣ ਵਾਲੇ ਚੱਕਰਾਂ ਤੋਂ ਮੁਕਤ ਹੋ ਕੇ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜਾਂਦੇ ਜਿਹੜੇ ਹੈ ਉਹ ਫਿਰ ਇਸੇ ਹੀ ਆਵਾਗਾਉਣ ਵਾਲੇ ਚੱਕਰ ਵਿੱਚ ਪਏ ਗਏ। ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹੈ ਹੁਣ ਰਹਿਤ ਕਰਦੇ ਹੈ ਕਿ ਜੀਵ ਵਾਸਤੇ, ਇਹ ਪ੍ਰਾਣੀ ਵਾਸਤੇ, ਕਿ ਅਕਾਲ ਪੁਰਖ ਵਾਹਿਗੁਰੂ, ਮੇਰੀ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਹੈ, ਆਪ ਕਿਰਪਾ ਕਰਕੇ ਸਤਿਗੁਰੂ ਪਾਤਸ਼ਾਹ ਮੇਰੀ ਬੇਨਤੀ ਸੁਣਨਾ ਕਰੋ। ਗੁਰੂ ਪਿਆਰੇ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜਦੋਂ ਬੇਨਤੀ ਸੁਣਦੇ ਹੈ ਨਾ ਸਾਰੀਆਂ ਹੀ ਦਾਤਾਂ ਬਖਸ਼ ਦਿੰਦੇ ਆ, ਮੁਕਤੀ ਦੀ ਦਾਤ ਬਖਸ਼ ਦਿੰਦੇ ਹੈ। ਸਤਿਗੁਰੂ ਪਾਤਸ਼ਾਹ ਆਪਾ ਗਾਉਣ ਵਾਲੇ ਚੱਕਰ ਤੋਂ ਬਚਾ ਲਏ, ਸਤਿਗੁਰੂ ਪਾਤਸ਼ਾਹ ਕਿਰਪਾ ਕਰਕੇ ਭਲਾ ਕਰ ਦਿੰਦੇ ਹੈ। ਇੱਕ ਸਮੇਂ ਕਬੀਰ ਜੀ ਦੇ ਨਗਰ ਵਿੱਚ ਇੱਕ ਪ੍ਰਾਣੀ ਚੱਲ ਵਸਿਆ, ਗੁਰੂ ਪਿਆਰੀ ਸਾਧ ਸੰਗਤ ਜੀ ਉਹਦੇ ਨਾ ਕਲਿਆਣ ਵਾਸਤੇ, ਉਹਦੇ ਮ੍ਰਿਤਕ ਸਰੀਰ ਦੀ ਸਾਂਭ ਵਾਸਤੇ ਬਹੁਤ ਹੀ ਸੰਗਤਾਂ ਜੁੜ ਕੇ ਅਤੇ ਸ਼ਮਸ਼ਾਨ ਘਾਟ ਵਿੱਚ ਸੰਸਕਾਰ ਕਰਨ ਵਾਸਤੇ ਗਈਆਂ। ਜਦੋਂ ਉੱਥੇ ਗਏ ਅਤੇ ਸਾਰਿਆਂ ਦੇ ਸਿਰ ਤੋਂ ਗਿੱਠ ਲੰਮੀ ਲਾਟ ਨਿਕਲਦੀ ਸੀ, ਸੰਸਕਾਰ ਵਾਸਤੇ ਗਏ। ਗੁਰੂ ਪਿਆਰੇ ਸਾਧ ਸੰਗਤੀ ਜਦੋਂ ਉੱਥੇ ਗਏ ਕੀ ਦੇਖਿਆ, ਸਾਰਿਆਂ ਦੇ ਸਿਰ ਤੋਂ ਗਿੱਠ ਲੰਮੀ ਲਾਟ ਨਿਕਲੀ। ਇਹ ਕੌਤਕ ਦੇਖ ਕੇ ਜਦੋਂ ਸਰੀਰ ਦਾ ਸੰਸਕਾਰ ਹੋਇਆ, ਧਰਮਸ਼ਾਲਾ ਵਿੱਚ ਆਏ, ਕੁਝ ਕੁ ਬੰਦਿਆਂ ਦੇ ਲਾਟ ਰਹਿ ਗਏ, ਕੁਝ ਕੁ ਜੀਵਾਂ ਦੇ ਲਾਟ ਜਿਹੜੀ ਖਤਮ ਹੋ ਗਈ। ਗੁਰੂ ਪਿਆਰੇ ਸਾਧ ਸੰਗਤ ਜੀ ਦੋ ਪ੍ਰਾਣੀ ਕਬੀਰ ਸਾਹਿਬ ਨੂੰ ਪੁੱਛਣ ਲੱਗੇ, ਕਬੀਰ ਸਾਹਿਬ ਜੀ ਤੁਹਾਡੇ ਵੀ ਲਾਟ ਨਿਕਲਦੀ, ਇਹਨਾਂ ਦੇ ਵੀ ਲਾਟ ਨਿਕਲਦੀ।
असा जोर नानी एक कर हम सकें जो भावे किमें बख्श साडा कोई जोर नहीं सतगुरु जी आप ही है करके आप सारा संगत दियाँ शीसा सदका परिवार को दुख के समय पाणा मन का बल तो बख्शन विशेष आत्मा अपने चरणा कमलों में सदीप काल की सतगुरु जी निवास बख्शन पिछे सिख परिवार धर्म प्रभु सुखी दीदार परिवार आपसी प्यार हार चढ़ती कला को सुखी दीदार सतगुरु जी बख्शन समाप्ति है आओ संसार निकल करके अंसर जी की पाठ कर लेना कोई रसना राम कली महला की जान इको का सतगुरु प्रसाद नंद पाया मेरी माई सतगुरु में पाया सतगुरु का पाया सह चंगे आईया बुरे आईया वाचे धर्म हरु करने आपो आपने के नेड़े के दू जिन्नी नाम ते आया दैव सबत तार नानक देव उपजले के तीशती ना नाम थे आया गए मसकत कार नानक ते मुख बदले खेती छुट्टी नार वारे जियो पेंट साथ तेरा वाहिगुरु सतनाम श्री वाहिगुरु एक उपकार श्री वाहिगुरु जी की फतेह भगवती जी सहाय वाप श्री भगवती जी की पातशाही दसवीं प्रथमा भगवती सिंदर का गुरु नानक नहीं थे आए फिर अंगद गोते अमरदास रामदास मुनि सहाय जाए तेग बहादुर सह सिंदर आ करुणा दया वेताए सब साई हूँ
ਥਾਈ ਹੋਏ ਸਹਾਏ ਦਸਾਂ ਪਾਛੇ ਜੋਤ ਗਤੀ ਤੇ ਬਿਰਾਜਮਾਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਰਾਤਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾੜੀਆਂ ਮੁਕਤਿਆਂ ਹੱਡੀਆਂ ਜਪੀਆਂ ਤਪੀਆਂ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਧ ਬੰਧ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ ਤੂੰ ਰਹਿ ਪਾਹੇ ਗੁਰੂ ਬਖਸ਼ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹੋ ਦਾਨ ਭਰੋਸਾ ਦਾਨ ਦਾਤਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨੀ ਸਨਾਨ ਚੌਂਕੀਆ ਝੰਡੇ ਪੁੰਕੈ ਜੁਗੋ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਜੀ ਕੇ ਬੋਲ ਬਾਲ ਰਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸੇ ਪੰਥ ਨੂੰ ਵਿਛੋੜਿਆ ਗਿਆ ਹੈ ਬਖਸ਼ੋ ਹੇ ਉੱਠਿਆ ਦੇ ਓਟ ਸਤਿਗੁਰੂ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਰਾਣਾ ਰਾਓ ਨਾ ਕੋ ਰਹੇ ਰੰਗ ਨ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ ਦੇ ਮਾਂ ਬਾਪ ਅਨੁਸਾਰ ਆਪ ਜੀ ਦੇ ਦਰੋਂ ਘਰੋਂ ਵਰਸਾਏ ਹੋਏ ਕਾਕਾ ਗੁਰਪ੍ਰੀਤ ਸਿੰਘ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਬਖਸ਼ੇ ਸਵਾਸਿਆਂ ਦੀ ਪੂੰਜੀ ਨੂੰ ਭੋਗਦਿਆਂ ਹੋਇਆ ਕੁਝ ਦਿਨਾਂ ਤੋਂ ਪ੍ਰਲੋਕ ਗਮਨ ਕਰ ਗਏ ਹਨ ਉਹਨਾਂ ਦੇ ਰੂਪ ਲਿਆਉਣ ਵਾਸਤੇ ਭਲੇ ਵਾਸਤੇ ਇਸੋ ਸਾਰਾ ਪਰਿਵਾਰ ਰਲ ਮਿਲ ਕਰਕੇ ਸ੍ਰੀ ਅਖੰਡ ਪਾਠ ਆਰੰਭ ਕਰਵਾਏ ਭੋਗ ਪਵਾ ਕੇ ਸਤਿਗੁਰੂ ਪਾਤਸ਼ਾਹ ਖੁੱਲੇ ਪੰਡਾਲਾਂ ਵਿੱਚ ਤੁਰਕੀ ਬਾਣੀ ਆਈ ਤੇ ਸਗਲੇ ਚਿੰਤ ਮਿਟਾਈ ਸਾਰੀਆਂ ਚਿੰਤਾ ਮਨ ਮਿਟਾਉਣ ਵਾਲੀ ਗੁਰਬਾਣੀ ਦੇ ਵਿੱਚੋਂ ਅਲਾਹੀ ਕੀਰਤਨ ਤੱਕ ਸਤਿਗੁਰੂ ਪਾਤਸ਼ਾਹ ਜੀ ਰਾਗੀਆਂ ਸਿੰਘਾਂ ਨੇ ਕੀਰਤਨ ਗਾਇਨ ਕੀਤਾ ਹੈ ਸਤਿਗੁਰੂ ਪਾਤਸ਼ਾਹ ਜੀ ਇਹ ਬਾਣੀ ਦਾ ਭਾਵ ਸੇਵਾ ਦਾ ਭਾਵ ਵਿਛੜੀ ਰੂਹ ਨੂੰ ਆਪ ਜੀ ਦੇ ਚਰਨਾਂ ਵਿਖੇ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਸੁਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਮੇਹਰ ਭਰਿਆ ਹੱਥ ਰੱਖਣਾ ਸਤਿਗੁਰੂ ਪਾਤਸ਼ਾਹ ਜੀ ਇਸੇ ਹੀ ਰਜਾ ਅੰਦਰ ਆਪ ਜੀ ਦੇ ਹਜ਼ੂਰ ਤੇਨ ਭਾਵਕੜਾ ਪ੍ਰਸ਼ਾਦੇ ਦੇਖ ਸੱਜ ਕੇ ਹਾਜ਼ਰ ਹੋਈ ਹੈ ਕਰੀ ਪਾਠ ਸਾਰ ਸੋਚ ਪਵਿੱਤਰਾ ਹੁਣ ਲਾਭ ਹੋ ਭੋਗ ਹਰਾਇ ਆਪ ਜੀ ਨੂੰ ਭੋਗ ਲੱਗੇ ਲੱਗਾ ਹੋਇਆ ਭੋਗ ਜੋ ਛੱਡੇ ਸਵਾਸ ਸਵਾਸ ਆਪ ਜੀ ਦਾ ਨਾਮ ਜਪੇ ਸਤਿਗੁਰੂ ਪਾਤਸ਼ਾਹ ਜੀ ਦੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹੈ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤੇ ਬਖੇੜਾ ਪ੍ਰਵਾਨ ਕਰਨੀ ਦਰੋਂ ਘਰੋਂ ਨਾਮ ਦੇ ਦਾਤ ਸਿੱਖੇ ਜੀਵਨ ਬਖਸ਼ਣਾ ਸਤਿਗੁਰੂ ਪਾਤਸ਼ਾਹ ਜੀ ਅਲਾਹੀ ਬਾਣੀ ਦਾ ਕੀਰਤਨ ਗਾਇਨ ਕਰਦੇ ਹਾਂ ਸੰਗਤਾਂ ਤੋਂ ਹਾਜ਼ਰੀਆਂ ਭਰਦੇ ਹਾਂ ਦਾਸਾਂ ਤੋਂ ਸੇਵਾ ਕਰਦੇ ਹਾਂ ਕਈ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮੁਆਫ ਕਰਨਾ ਅੱਗੇ ਤੋਂ ਸਮਤ ਬਖਸ਼ਣੀ ਆਈਆਂ ਸੰਗਤਾਂ ਨੂੰ ਹੁਕਮਨਾਮਿਆਂ ਦੀ ਦਾਤ ਬਖਸ਼ ਕੇ ਨਿਹਾਲ ਕਰੋ ਹੁਕਮਨਾਮਿਆਂ ਤੇ ਚੱਲਣ ਦੀ ਸਮਰੱਥਾ ਬਖਸ਼ਣੀ ਜੋ ਜੀ ਆਪ ਜੀ ਦੇ ਦਰ ਆਵੈ ਸੁਖ ਹੋਵੈ ਨਾਮ ਚੇਤੇ ਆਵੈ ਪੜ੍ਹਦੇ ਸੁਣਦੇ ਸਰਬੱਤ ਰਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ
ਕੇਲਾ ਵਿਸਰੀਆਂ ਜੋ ਮਨ ਚੇਤਨਾ ਕੀਤੇ ਸਨ ਸੋ ਗਾਲੀ ਰਾਮਕਿਆਂ ਅਤੇ ਵਾਹਵਾ ਕੰਸਾਰ ਜਿਹੜੀ ਗੱਲ ਦਾ ਹਾਲੇ ਕਿਸੇ ਦੇ ਚੇਤੇ ਅਤੇ ਆਨੰਦ ਕਰਦਾ ਪਰਿਵਾਰ ਪਰ ਇਹੋ ਜਿਹਾ ਪਾਣਾ ਅਥਾਹ ਸੋਡਾ ਜਿਹੜਾ ਵਜਾ ਬਹੁਤ ਅਕਹਿ ਅਤੇ ਅਸਹਿ ਸਾਧ ਸਿੰਘ ਜੀ ਗੱਲੀ ਤਾਂ ਕਿਹਾ ਜਾ ਸਕਦਾ ਪਰ ਮੰਨਣਾ ਅਤੇ ਸਹਿਣਾ ਇਹ ਤਾਂ ਉਹਦੀ ਬਰਕਤ ਦੇ ਨਾਲ ਹੀ ਆ ਉਵੇਂ ਚੱਲਿਆ ਨਹੀਂ ਜਾ ਸਕਦਾ ਇਹਦਾ ਵੱਡਾ ਦੁੱਖ ਕਿ ਜਿਹੜਾ ਕਦੀ ਕਿਆਸ ਵੀ ਨਹੀਂ ਕੀਤਾ ਸੀ ਕਿ ਐਸਾ ਹੋ ਜਾਏਗਾ ਸਾਧ ਸਿੰਘ ਜੀ ਕਾਕਾ ਗੁਰਪ੍ਰੀਤ ਬਹੁਤ ਹੀ ਛੋਟੀ ਉਮਰ ਦੇ ਵਿੱਚ ਅਤੇ ਬਹੁਤ ਹੀ ਹੋਣਹਾਰ ਮਾਪਿਆਂ ਦਾ ਕਹਿਣਕਾਰ ਅਤੇ ਸਮਾਜ ਦੀ ਸੇਵਾ ਕਰਨ ਵਾਲਾ ਅਤੇ ਪਰਿਵਾਰ ਦੇ ਕੰਮ ਨੂੰ ਚਾਰ ਚੰਦ ਲਾਉਣ ਵਾਲਾ ਇਹੋ ਜਿਹਾ ਸੁਘੜ ਸਿਆਣਾ ਸੂਝਵਾਨ ਬੱਚਾ ਇਹਦਾ ਚਲੇ ਜਾਣਾ ਉਹਦਾ ਦੁੱਖ ਜਿਹੜਾ ਉਹ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਉਹ ਤਾਂ ਜਿਸ ਤਰ੍ਹਾਂ ਲੱਗੀਆਂ ਸੋ ਤਨ ਜਾਣੇ ਕਬਰਾਂ ਕਹਿ ਜਾਣੇ ਪੀੜ ਪੁਰਾਈ ਕਿਉਂਕਿ ਇਹ ਤਾਂ ਇਹੋ ਜਿਹਾ ਦੁੱਖ ਅਤੇ ਵੱਡੇ ਵੱਡੇ ਮਹਾਂਪੁਰਸ਼ ਅਤੇ ਮਹਾਤਮਾ ਜਿਹੜੇ ਆ ਉਹ ਵੀ ਨਹੀਂ ਸਹਿਣ ਕਰ ਸਕਦੇ ਆਪਾਂ ਦੁਨਿਆਵੀ ਬੰਦੇ ਅਤੇ ਚੀਜ਼ ਹੀ ਕੋਈ ਨਹੀਂ ਮੈਂ ਤਾਂ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸੱਚਾ ਪਾਤਸ਼ਾਹ ਐਸਾ ਪੁੱਤ ਦਾ ਦੁੱਖ ਜਿਹੜਾ ਉਹ ਕਦੇ ਕਿਸੇ ਵੈਰੀ ਦੁਸ਼ਮਣ ਨੂੰ ਵੀ ਨਾ ਲੱਗੇ ਕਿ ਏਦਾਂ ਦੀ ਇਸ ਉਮਰ ਦੇ ਵਿੱਚ ਇਹੋ ਜਿਹਾ ਬੱਚੇ ਨੂੰ ਖੇਡਦੇ ਨੂੰ ਕੁੱਦਦੇ ਇਹ ਕਦਮ ਲੈ ਲੈਣਾ ਇਹਦੇ ਸਾਧ ਸਿੰਘ ਜੀ ਉਹੀ ਅਕਾਲ ਪੁਰਖ ਜਾਣ ਸਕਦਾ ਕਿ ਉਸਨੇ ਕੀ ਕੀਤਾ ਇਹ ਤਾਂ ਜਦੋਂ ਦੇਖੋ ਰੱਬ ਦਾ ਭਾਣਾ ਕਿ ਕਈ ਵਾਰੀ ਆਪਾਂ ਕਹਿੰਦੇ ਹਾਂ ਜੇ ਕੋਈ ਮਨੁੱਖ ਹਸਪਤਾਲ ਚੱਲ ਜਾਵੇ ਜਾਂ ਉਹਨੂੰ ਕੋਈ ਵਧੀਆ ਫਸਟ ਏਡ ਮਿਲ ਜਾਏ ਤੇ ਉਹ ਬਚ ਸਕਦਾ ਸੀ ਸਾਧ ਸਿੰਘ ਜੀ ਇਹ ਕਾਕਾ ਤੇ ਆਪਣੇ ਬਾਬਾ ਜੀ ਸਰਦਾਰ ਕਸ਼ਮੀਰ ਸਿੰਘ ਜੀ ਕੁਛ ਦਿਨਾਂ ਤੋਂ ਉਹਨਾਂ ਨੂੰ ਸਟੰਟ ਪਿਆ ਸੀ ਉਹਦੇ ਕਾਰਨ ਉਹ ਹਸਪਤਾਲ ਵਿੱਚ ਦਾਖਲ ਸੀ ਤੇ ਇਹ ਕਾਕਾ ਉੱਥੇ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਸੀਗਾ ਤੇ ਹਸਪਤਾਲ ਹੁੰਦਿਆਂ ਹੀ ਇਹੋ ਜਿਹਾ ਭਾਣਾ ਵਰਤ ਜਾਣਾ ਇਹ ਤੇ ਸਾਧ ਸਿੰਘ ਜੀ ਕਹਿਣ ਤੋਂ ਤੇ ਦੱਸਣ ਤੋਂ ਬਾਅਦ ਵੀ ਕਿਵੇਂ ਹੋ ਗਿਆ ਜਦੋਂ ਪਤਾ ਲੱਗਾ ਇਲਾਕੇ ਦੇ ਵਿੱਚ ਵੀ ਜਾਂ ਕਿਸੇ ਨੂੰ ਵੀ ਜਾਂ ਜਿਹਨੂੰ ਵੀ ਪਹਿਲਾਂ ਤੇ ਗੱਲ ਮੰਨਣ 'ਚ ਨਹੀਂ ਆਉਂਦੀ ਫਿਰ ਸਾਧ ਸਿੰਘ ਜੀ ਇੱਕਦਮ ਸਰੀਰ ਸੌਣ ਹੋ ਜਾਂਦਾ ਕਿ ਇਹੋ ਜਿਹਾ ਭਾਣਾ ਸੁਣ ਕੇ ਤੇ ਕਿਸੇ ਨੂੰ ਟੈਲੀਫੋਨ ਕਰਨ ਲਈ ਜਾਂ ਕਿਸੇ ਤੋਂ ਇਹ ਪਤਾ ਲੈਣ ਲਈ ਮਨ ਯੁੱਧ ਨਹੀਂ ਕਰਦਾ ਪਰ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਕਿ ਸੱਚਾ ਪਾਤਸ਼ਾਹ ਇਹ ਗੱਲ ਕਿਤੇ ਝੂਠ ਹੋ ਜਾਏ ਪਰ ਮੈਂ ਦੇਖਿਆ ਸਾਧ ਸਿੰਘ ਜੀ ਐਸੇ ਭਾਣੇ ਜਿਹੜੇ ਆ ਉਹ ਆਪਣੀ ਕਿਹਾ ਦੇ ਜਾਂ ਸੋਚਿਆ ਕਰਦੇ ਨਹੀਂ ਉਹ ਭਾਣਾ ਵਰਤ ਗਿਆ ਬਹੁਤ ਵੱਡਾ ਪਰਿਵਾਰ ਨੂੰ ਦੁੱਖਾ ਜਿਹੜਾ ਕਿਸੇ ਤਰ੍ਹਾਂ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਇਹਦੇ ਅਰਦਾਸ ਹੀ ਆਪਾਂ ਸਾਰਿਆਂ ਨੇ ਅਰਦਾਸ ਕੀਤੀ ਹੈ ਸੱਚਾ ਪਾਤਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਹੀ ਹੈ ਜਿਹੜਾ ਆਸਰਾ ਅਤੇ ਭਰੋਸਾ ਬਖਸ਼ ਸਕਦੇ ਆ ਉਹ ਸੱਚੇ ਪਾਤਸ਼ਾਹ ਨੇ ਕਰਨਾ ਅਤੇ ਆਪਾਂ ਤੇ ਅਰਦਾਸ ਕਰ ਸਕਦੇ ਹਾਂ ਕਿ ਸੱਚਾ ਪਾਤਸ਼ਾਹ ਉਸ ਵਿਸ਼ੀ ਨੂੰ ਆਪਣੇ ਚਰਨਾਂ ਦੇ ਨਿਵਾਸ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਅਤੇ ਚੜ੍ਹਦੀ ਕਲਾ ਚ ਰੱਖੀ ਇਹੀ ਅਰਦਾਸਾਂ ਕਰਦੇ ਹਾਂ ਕਿ ਆਪਾਂ ਲੱਖਾਂ ਭਰ ਤੋਂ ਸਾਰੀ ਸਾਧ ਸੰਗਤ ਇਕੱਠੇ ਹੋ ਕੇ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਹੈ ਧੰਨਵਾਦੀ ਹਾਂ ਪਰਿਵਾਰ ਵੱਲੋਂ ਵੀ ਅਤੇ ਸਾਧ ਸੰਗਤ ਵੱਲੋਂ ਵੀ ਕਿ ਗਿਆਨੀ ਸਤਿੰਦਰ ਵੀਰ ਸਿੰਘ ਜੀ ਜਿਹੜੇ ਗੁਰੂ ਰਾਗੀ ਦੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਉਹਨਾਂ ਨੇ ਆਣ ਕੇ ਬਹੁਤ ਹੀ ਬਰਾਗਮਈ ਅਤੇ ਮਿੱਠੀ ਆਵਾਜ਼ ਦੇ ਵਿੱਚ ਕੀਰਤਨ ਦੇ ਨਾਲ ਸਾਰੇ ਸ਼ਬਦ ਐਸੇ ਬੋਲੇ ਕਿ ਜਿਹੜੇ ਬੰਦੇ ਨੂੰ ਇਹੀ ਦੱਸਦੇ ਸੀ ਕਿ ਬੰਦਿਆ
तू आया कि कामया से लगा कि कमियां इसलिए तेरा शिकारा जोड़ा वो सच्चे पातशाह कर सकता और कोई राह वसीला नहीं है। उन्होंने बहुत ही राग में कीर्तन करके उस विछड़ी रूह की शरदा के फुल भेंट किए हैं। मैं हूँ बेनती करूँगा सारे को दो दिन बुलाने के बहुत सारे आ क्योंकि सारे का ही प्यार है बहुत ज़्यादा गहरा परिवार के नाल सरदार कश्मीर सोने के नाल जो परिवार की गल करा मैं लंबी गल चाहू प्यार भी प्यार से ऐसा परिवार में बोलना किसी को दसन की लोड़ नहीं जिते सरदार कश्मीर सोनी अपनी आवाज फुला जी बखेर दिया सरदार गुरविंदर सिंह कुलविंदर सोनी बाहर गए हुए सरदार कश्मीर सिंह के काके इन्ने मिनट बोले तो इन्नी वधिया आवाज की इन्ना समाज की सेवा तो इसे राह तुरिया काका गुरप्रीत सिंह जी जो उस दिन मैं सुनता ही जो असं उग से खड़े सी कि इन्ने मैसेज आ रहे हैं भाई कि गुजरात तक ये गुजराती एक नहीं बहुत सारे ट्वीट कर रहे हैं कि यहोजा हीरा कभी लभ नहीं सकता। वाहिगुरु जी का खालसा वाहिगुरु जी की फतेह। जिमें आप सारी ही संगत जानते हैं कि अज खेरा परिवार की खिड़ी हुई फलवाड़ी का अणखिड़िया फल खैन तो पहला इंद्र जा गया। सतकारयोग सतसंग जी 22-23 साल की उम्र कोई बहुत ज़्यादा लंबी उम्र नहीं पर अकाल पुरख वाहगुरु साहिब श्री गुरु ग्रंथ साहब जी के भाणे के अंदर वाहगुरु ने जिन्ने सवास सानू बख्शे ने उस तो अगे एक भी पल सानू नसीब नहीं होंदा। जिवें दस्या गया कि साडा विश्वास है साहिब श्री गुरु ग्रंथ साहिब दे विच इह समां इह घटना किते आसे पासे जां ग्रह विखे जां रोड ते एक्सीडेंट दे विच वापर जांदी तां कदे वी किसे नूं इस गल दा विश्वास नहीं सी होणा कि साहिब श्री गुरु ग्रंथ साहिब जी दी बड़ियाई है। जो इन्हां ने सवास बख्शे उत्तों अगे बिल्कुल नहीं चलिया जा सकता। सत्कारयोग सतसंग जी बिल्कुल ICU के दरवाजे के मूहरे घटना वापर जाने तो इस तो बड़ा विश्वास साहिब श्री गुरु ग्रंथ साहिब जी के जो असी करते हैं उस तो अगे नहीं हो सकता। सो बड़ा दुखदाई समा सारे खैरा परिवार साहब ते बड़े सत्कारयोग सारा ही परिवार जिवें दस्या गया सरदार बलविंदर सिंह का इकलौता सपुत्र सरदार गुरप्रीत सिंह ते परिवार के नाल अपने व्यापार नूं अपने बिजनेस नूं अपने पिता जी के नाल सारे मुल्क दे विच हैरान होइंदा इस उम्र दे विच गड्डी दे विच चला के अपने पिता जी के नाल ये जिहड़ा व्यापार नूं अगां तो लिया सी। बड़ा ही नौजवान बच्चा बड़ी वड्याई है इस परिवार की पर अकाल पुरख वाहगुरु साहिब श्री गुरु ग्रंथ साहिब जी दे के कोई भी बाह नहीं चलती। सानू ये जिहड़ा भाणा हैगा साडा विश्वास हैगा वह मनना पैंदा। बहुत कुछ लंबा बोलिया जा सकता है समय से पर सरदार कश्मीर सिंह समुचे खैरा परिवार के नाल इस दुख घड़ी के विच उन्होंने नाल दुख प्रगट करते हुए साहिब श्री गुरु ग्रंथ साहिब जी दे अगे अरदास करते हैं कि जिथे काका गुरप्रीत नूं अपने चरणों के विच स्थान बख्शना पिछे समुचे परिवार नूं इस दुख के समय अकाल पुरख का जिहड़ा भाणा वह मनण का बल बख्शना। मैं अपने वालों अपने परिवार वालों आम आदमी पार्टी की समुची लीडरशिप वालों परिवार के नाल
दुख साझा करता पाया शरदा के फल भेट करता हाँ। वाहेगुरु जी का खालसा वाहेगुरु जी की फतह। बहुत परिवार वालों जी आया जी मत्थे ते तुम दुख से बचा के दुख उठाया। हूँ मैं बेनती करूँगा साढ़े बहुत ही सरकार जो सीनियर अकाली आगू तो इस परिवार के नाल बहुत ही नेड़ता का संबंध रखते हुए सरदार अवतार सिंह जी कलेर साहब वो भी मंच पर आन सहित श्री गुरु ग्रंथ साहब जी की पावन पवित्र हजूरी में विराजमान गुरु प्यारी सतसंग जी बुलाओ फतेह वाहेगुरु जी का खालसा वाहेगुरु जी की फतेह। आप बहुत ही दुखदाई समय से अज इतने एकत्र होए हाँ गुरु महाराज दाजरियां कर रहे हैं तो मैं बैठा सोच रहा सी कि इन्ने दुखदाई समय से इन्नी बेवक्त मौत एडा वड्डा परिवार को सदमा लगा जिहड़ा कदे पूरा नहीं हो सकता कि कहड़े लफ्ज़ इस समय से बोले जा सकते हैं कोई याद नहीं आते दिमाग कम नहीं करता। जरा सोच के देखिए जो परिवार के बच्चे योजे सदमे वापरते हैं तो एक बार सारा सिस्टम जोड़ा हिल जाता है। परिवार के बच्चों 23 साल के नौजवान बच्चे का कमाऊ बच्चे का साऊ बच्चे का चले जाना और मापिया की इको एक अखा का तारा हो मापियां को होर सहारा भी कोई ना दसना होवे तो एडे वे सदमे बर्दाश्त किवें किया जा सकता है। तो अखीर इंसान सोच के इतने ही पहुँचता है कि इसका होर कोई भी आसरा नहीं है। जो इंसान को आसरा है तो गुरबाणी का आसरा है या भाईचारे का आसरा है। अज इलाके का एड्डी वड्डी गिणती दे विच संगत दा परिवार के दुख में शामिल होना मैं समझदा जरूर सहाई होगा सतगुरु कृपा करके कि डॉक्टर गुरप्रीत सिंह ते आपां मुड़ के नहीं लिया सकते लेकिन परिवार को हौसला अफजाई करनी और गुरु महाराज अगे आपां सारे अरदास की है कि सच्चे पातशाह काका गुरप्रीत सिंह जी को अपने चरणों से निवास बख्शिश कर पिछे परिवार को रिश्तेदार साख संबंधियों भाणा मनण का बल बख्शिश कर। पंजाबी के एक सूफी फकीर हुए हैं शेख वजीर जी तो शेख वजीर जी ने योजे दुखदायक समय के कुछ लाइना लिखिया हैं जीडिया बड़िया दिल में तुम्बदिया हैं तो इंसान का सुन के मन भी भर आता है। वो लिखते हैं वजीता एक ना दे कर पुत्र ते पुत्रां दे कर पुत्रे एक ना दे कर धीआं धीआं दे कर पोतरे एक ना दे कर एक रब्बा वो भी जावे मर कौन कहे उस डाटे नूं रब्बा इंज नहीं इंज कर। जिस दिन आपां संस्कार से आए हाँ तो उस दिन महसूस होंदा सी कि आपां वाहेगुरु जे कह सकते हो जे साडी कोई आवाज सुन सकता हो गल कहनी चाहिए रब्बा इहदा जायज़ नहीं एड्डी वड्डी सब किसी ने मार दी मापिया की अखियां का तारा इको एक बच्चा हो भी चले जाए उदो फिर परमात्मा नूं रब नूं आवां देण दी करदा है। पर अखीर सोच के विचार के अपना मन फिर उस का ध्यान उठता है कि सारी सृष्टि उस बालक की रची हुई है किसे इंसान को कितना जीवन देना है बद देना है या कट देना है सारा उस अकाल पुरख के हुक्म विच है। लेकिन एक गल जरूर महसूस होंदी है सियाने कहिंदे हन कि किसे दी उम्र कदे सालां विच नहीं मिली जांदी उम्र हमेशा जिहड़ी है उहदे कर्म नाल मिली जांदी है। काका गुरप्रीत सिंह बेशक उम्र के छोटे सन तो छोटी उम्र में परिवार को छोड़ा दे रहे हैं लेकिन जेडे उन्होंने कार्य किए उन्होंने कार्यों के इन्नी प्रसिद्धि हासिल की कि परिवार को तो अपने बच्चे पर माण ही सी। आप सारे माण महसूस करते हैं कि परिवारों में इदा के नेक बच्चे होने चाहिए हैं।
मैं ज्यादा ना लंबा जाता होया अपने बड़े वीर सरदार कश्मीर सिंह जी सरपंच साहब सारे खैरा परिवार नाल इस दुख की घड़ी में शरीक होना है सरदार बलविंदर सिंह जी ते सरदारनी बलविंदर सिंह उन्होंने एडा वड्डा दुख है जिन्हों बयान नहीं किया जा सकता लेकिन सतगुरां दे चरणां च यही अरदास करांगे कि सच्चे पातशाह उन्होंने बल बख्शिश कर हिम्मत बख्शिश कर भरोसा बख्शिश कर कि वो इस वड्डे सदमे नूं बर्दाश्त करन दे काबल हो सकन इन्हां बेनतियां दे नाल मैं काका गुरप्रीत सिंह नूं श्रद्धा दे फुल भेंट करदा और परिवार के नाल दुख साझा करदा वाहेगुरू जी का खालसा वाहेगुरू जी की फतेह जिला कमिश्नर पंजाब के मैंबर आ उन्हें बहुत बहुत धन्यवाद उन्होंने बड़े सुंदर शब्दों के परिवार के नाल दुख साझा किया काका जी को श्रद्धांजलि भेंट की है हूँ मैं बहुत ही सत्कारयोग साडे विच बैठे है सरदार दरबारा सिंह जी गुरु जो साबका मुख्यमंत्री सरदार प्रकाश सिंह जी बादल साहब के प्रिंसीपल सकत्र ने वह भी परिवार के नाल दुख साझा कर आए हैं उन्होंने भी बेनती करा कि वह काकू दसा गुरुआ की दो साहब श्री गुरु ग्रंथ साहब जी पवित्र बोल के जुड़ बैठी समूह संगत सब तो पहला दशमता की बख्शी हुई फतेह साझी करिए वाहगुरू जी का खालसा वाहगुरू जी का अज आप सारी संगत इस परिवार के स्नेही रिश्तेदार इस परिवार के दुख बहुत ही गमकीन माहौल के काका गुरप्रीत सिंह पिछले दिन सारे अचानक छुट्टी की कोई छोड़ा दे बहुत ही बड़ा दुख है पहाड़ जिंदा दुख है काका गुरप्रीत सिंह अपने दादा जी कश्मीर सिंह उन्होंने हस्पताल के सेवा दे गए की पता सी कि वो भाणा पा एक आई सी पी के कमरे के सामने जिस तरह दसा गया कि उतें ये घटना वापर जाए यह मैं समझदा कि परमात्मा वालों बहुत ही बड़ा दुखान इस परिवार के जो है वो वापस प्रेम के हथ में अचित बन पे उस महाभारत के अनुसार काका गुरप्रीत सिंह इन्ना अचानक कद सुने कि इस तरह भी कोई इंसान कोई नौजवान जा सकता है हस्पताल के किसी अपने दादे की सेवा के लिए होगी और कोई बीमार ना हो बीमारी ना हो दादे की सेवा के आप उस हस्पताल आई सी के कमरे के चला जाए मैं समझता इस दुख में शब्दों के ज्ञान नहीं किया जा सकता आप काका जिस तरह दसाया गया है कि बहुत ही होनहार समाज के अच्छा विचरण वाला और समाज की सेवा करने वाला और परिवार के एक चानन बना मापिया का एको एक बेटा जिस तरह दसाया गया कि इस तरह के दुखान कटे एको एक बेटा 22-23 साल की उम्र और योजा दुखान जोड़ा है बड़ा ही मुश्किल है इस पर गीता कुछ नहीं कर सकता जो आप कर सकते हुई तो इन्नी संगत इतने इकट्ठी हुई है इस परिवार के नाम लोग साझा करेंगे आप सारे जने इकट्ठे हो के इतने अरदास कर लिए कि ये परमात्मा जो काका गुरप्रीत सिंह सारे को वापस भेज दे पर नहीं होता नहीं हो सकता आप परिवार के नाल दुख साझा कर सकते हैं परिवार के नाल नहीं बैठ सकते हैं एक दुखान पापर गया बहुत बड़ा दुखान पर राधी रब की गजल में रहना यह वो कह निशानी सीखनी असं कुछ नहीं कर सकते रब ने जो भाणा बरताया वो भी गजा के रहेगी वो भी गजा के रहने को बिना साढ़े को चारा भी तो इस करके मैं प्रतापपुर करना
परमात्मा की करना बेनती करना कि हे पातशाह गुरु कृपा सिंह अपने चरणों में निवास बख्शी और पिछले परिवार जोड़ा है उन्होंने वाला भाणा बनता है बड़ा विधान बनता है वो भाणा मनन का बाली बख्श सकता है और वो बल बख्शी और अगे को परिवार को की है ये भाणा को बच गया अगे को सुख शांति परिवार को करता है इन शब्दों के नाम फिर मैं डॉक्टर गुरप्रीत सिंह श्रद्धा के फुल भेंट करता हुआ अपना स्थान लगा ना ग्रह का खालसा ग्रहण जी साढ़े बच्चे मैं जिम्मे पहला भी कह करके बहुत सरकार जो सीटा बैठी है उन्होंने सरदार जंग बहादुर सिंह संघा साहब उन्होंने भी परिवार के नाल बहुत नेड़ता वो भी बैठे उन्होंने बेनती की थी कि दो मिनट के लिए परिवार के नाल दुख साझा कर संताली की वंड तो बाद और फिर 84 के माहौल तो बाद कोई यहोजा किसी के घर से सुनया हो दसा सो ये वाकई एक यहोजा ही यानी हला देने वाली घटना हुई है जिड़ी के अपने बसों बाहर मैं कहना कि परिवार जिनी आप अज जिस तरह इकट्ठे हो के अपनी सपोर्ट दे आए हैं और जिस दिन तागा वाले दिन और उस बाद अफसोस के दिन के लिए मैं ये कहना है कि जे आप सही परिवार के नाल खड़ते हैं तो आप जोड़ा है रोज़ की रोज़ जरूर जिदा वारियाँ पा के परिवार के नाल खड़ना चाहिए क्योंकि ये जोड़ा भाणा आ दो चार दिन के अफसोस के नाल पूरा नहीं किसी का हो सकता ये बहुत ही एक मेजर सदमा है सो मैं सारे आलू समाज वालों जरूर इन्ना बेनती करना कि आप परिवार के नाल खड़े हैं और आप सारे ने जिन्ना भी वो तो वह आप दुख मना परिवार का डॉक्टर गुरप्रीत पिता जी दादा जी सारे समाज के नाल आप जुड़ के आप दुख बना है और बनाते रहना इस चीज़ के उत्ते आप वजन बन चाहिए वाहू का खालसा वाहू साढ़े बहुत ही सत्कारयोग MLA साहब सरदार गुरप्रताप सिंह बराला साहब वो परिवार के नाल दुख साझा करन दे लई आए हैं पावन पवित्र रसोई में बहुत ही दुख भरे समय से जुड़ के बैठी गुरु प्यारी गुरु सवारी साध संगत जीओ गुरु फतेह प्रवान करो वाहेगुरु जी का खालसा वाहेगुरु जी की फतेह जिहा चिड़ी लिखिया तेहा हुक्म कमाए कल्ले आए नानका सदे उठ जाए गुरबाणी दे इन्हां फरमाना दे मुताबक आपां सारिआं नूं इस फानी संसार नूं अपने परिवार नूं सदा वास्ते अलविदा कह के अचनचेत अते बेवक्त बहुत ही सारिआं दे हर दिल अजीज हरमन प्यारे सरदार गुरप्रीत सिंह जी गुरु चरणां विच जा बिराजे ने ते आपां उन्हां दी अंतम अरदास विच इत्थे हाजरी भर रहे हैं बहुत वड्डा दुख आ बड़ा गहरा सदमा है जिसनों आप नहीं शब्दों राही बयान कर सकते की वाकया सारे बुलाया इदा दे समय भी किसी भी परिवार को किसी भी मां किसी पिता को किसी दादे को कभी इदा दे समय भी कभी सोच नहीं आती मन में आप देख रहे हैं दुनिया च दुख भी बड़े ने दुनिया च सुख भी बड़े ने ये दुनिया सुखां दी भी है ते दुखां दी भी है पर कई दफा एडा वड्डा दुख जब अपने सामने आपां नूं देखण नूं मिलदा है ते फिर इंसान परमात्मा दे नाल हिरत करदा है कि नहीं ये नहीं सी होना चाहिदा ये क्यों होया ना की कारण बनिया वैसे आपां नूं
गुरु ग्रंथ साहिब जी सिखिया पहल पहल से यही दर्शाती है कि यह जिन्हें श्वास ले रहे ने जिनी आयु जिनी उम्र है परमात्मा सब कुछ पहला ही लेके भेजता है। ये रेडिया गड्डिया सिडिया सारिया तरों ये सारे लेख लिखे होंगे ने पर मापिया माता पिता परिवार को जिन्होंने इन्होंने जो फल वो पाले होंगे ने उन्होंने आस होंगी है कि ये लंबी उम्र हराओगे ये परिवार की समाज की संगत की सेवा करेंगे ते अपने माता पिता का आसरा पाएंगे। दुनिया ने बड़ी तरक्की कर ली साइंस ने एडिया बढ़िया बढ़िया मलम मारिया खोज इतने तक चल गई कि तकरीबन हर बीमारी का इलाज निकल आया दो चार कुछ बीमारियों को सिवाए उन्होंने छक के आप समझते हैं कि अपनी लंबी उम्र होगी लंबी आयु बढ़ा के जावे आप यकीन बच जाता है जिस समय चो आप निकल रहे हैं लेकिन दूसरे पास जो पाला है परमात्मा का वह किसी ने नहीं देखा वो दृश्य जिन्हें आप सारे ने सुनिया कि सरदार कश्मीरा सिंह जी ने सेवा कर गया से अपने दादा जी ने हॉस्पिटल में से जे कि श्वास बढ़े आता जिन्हें गुरु साहब फिर आप कहते हैं कि हम आदमी है एकदम ही मोहनते दस आने शायद डॉक्टर उन्होंने संभाल सकते पर नहीं कभी भी ऐसा भी आपको घटना बहुत घट देखने मिली है कि एक पोता अपनी पिता पुरखी जी जिम्मेवारी निभा रहा हो बहुत सियाना हो सूझवान हो जितने हो अपने अपने बजुर्गों को परमात्मा का पाना उस समय वरते इस तो वाला होर दुख या हिरख कि हो सकता है लेकिन फिर इतने आके आप हार जाते हैं करके अपन पता है कि हर एक ने इस संसार को छड़ के जाना है लेकिन कई दफा अपने इतिहास में अपनी गुरसिखी में आप देखने को मिलता है कि गुरु साहब भी कहीं छोटी उम्र चले गए सिख पंथ के बड़े बड़े महान योधे उन्होंने भी उम्र छोटी उन्होंने मिली कुछ कर नहीं सकते जो चाहते अपनी उम्र बढ़ाई बुला सकते थे पर नहीं इतने आके आप सारे अपनी बेबसी होंगी है। सरदार गुरप्रीत सिंह जी छोटी उम्र च बहुत बड़िया मल्ला मारिया यही कह सकते हैं कि जिन्ना प्यार उन्होंने बनाया जिन्ना उन्होंने सत्कार खटिया अपने कारोबार में अपने समाज में नगर में इलाके में इस परिवार की अगर आप हिस्ट्री वाल नजर मारते हैं एक किसानी परिवार की मिसाल है कि छोटे पद्धर तो उठ के मेहनत के नाल मशक्कत के नाल कितने अज परिवार पहुंचे इस बहुत ही होनहार अपने अजीज का बहुत बड़ा योगदान सी सरदार गुरप्रीत सिंह जी का इस करके ही गुजरात तो सुनेह आते हैं दूसरे सूबे तो सुनेह आते हैं जिन्हें भी अपने आगुआ के जिमीदार ने उन्होंने बहुत ज़्यादा संदेह से बड़ा प्यार से परिवार भी बड़ा बड़ा है कहना परिवार आप सारे जानते हैं लेकिन यही आप हम प्रति अपने जज्बात प्रकट कर सकते हैं कि छोटी उम्र में बहुत बढ़िया बढ़िया परांदा पट गया और बढ़िया बढ़िया मजा मार गया पर जोर तो बहुत सी देखो एक कोई करौंदा पुत्र सरदार बलविंदर सिंह जी का सरदार ने अपनी भैन सरदार ने बलविंदर कौर जी का अपने परिवार भी छोटे हो गए आप नजर मारते हैं पाकिस्तान की गल की है संघा साहब ने जो पाकिस्तान को चलिए हम तक का पंजाबियों का सफर देखिए अपने परिवार की दास्तान पर नजर मारीे परिवार पहला बढ़े सके कि कोई ना कोई दुर्घटना अगर होंगी सी तो थोड़ा बहुत आसरा होंगे सगा कि बड़े परिवार ने भैन भरा और रह गए वैसे तो कोई भी जी जाता है तो दुख बहुत लगता है वो कभी घाट पूरी नहीं होंगी लेकिन हम तो कह लो परमात्मा का जरा जिम्मे का सिलसिला चलता है गुरु साहब के हुक्म परिवार ही बड़े छोटे रह गए कि बेटा कि दो बच्चे ने जो इदा का होंगे तो की कर सकते बेटा हनेरा छा जाता यही कह सकते हैं कि यह जिंदगी सारी संगत का साझा की है लेकिन कारस्ता जितने बीमारी तो आप मिलती है जिस ताकत से ना ही चारा ताकत कीजिए सब नमस्कार इतने आके आप हार जाते हैं लेकिन यही
कह सकते हैं कि ऐसा ना दुकान कभी भी किसी प्रभाव का नहीं होना चाहिए ना ही परमात्मा ऐसा ना समा लेके आवे दुनिया के इतिहास में बड़े ऐसा आप मौके देखने को मिलते हैं कई जगह वर्णन है सिकंदर बादशाह की गल अक्सर की जाती है अली साहब तक भी जो असं हिस्टरी पढ़ते थे छोटे से काका गुरप्रीत सिंह जी वर्गे तो सू बड़ा चंगा लगता से इतिहास का जो अखीर का समा आया अलेक्जेंडर द ग्रेट का सारी दुनिया उन्हें फतेह कर ली सारी उन्हें जमीन सर कर ली लेकिन उम्र छोटी सी वो नीह मकीम वैद आए बड़े बड़े दुनिया के लेकिन वो आयु पिछड़ा नहीं कर सके।